ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀ ਜ਼ਰੂਰੀ ਬੇਨਤੀ, ਇਹਨੂੰ ਧਿਆਨ ਨਾਲ ਸੁਣਿਓ ਔਰ ਅੱਗੇ ਸ਼ੇਅਰ ਵੀ ਕਰਿਓ, ਅਤੇ ਇਸ ਚੀਜ਼ ਨੂੰ ਸਕਿੱਪ ਨਾ ਕਰਿਓ। ਬੜੀ ਜ਼ਰੂਰੀ ਬੇਨਤੀ ਹੈ। ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ ਪਿਆਰਿਓ, ਜ਼ਰੂਰ ਇੱਕ ਵਾਰੀ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਰਨ ਪਾ ਕੇ ਜਾਇਓ ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ ਔਰ ਇੱਕੋ ਛੱਤ ਦੇ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ, ਤੁਹਾਨੂੰ ਨਾਲ ਨਾਲ ਦਿਖਾਇਆ ਜਾ ਰਿਹਾ ਕਿਵੇਂ ਇੱਥੇ ਅਲਟਰਾਸਾਊਂਡ, ਕਿਵੇਂ ਇੱਥੇ ਦੰਦਾਂ ਦੇ ਇਲਾਜ, ਫਿਜ਼ੀਓਥਰੈਪੀ, ਅੱਖਾਂ ਦੇ ਇਲਾਜ, ਹੋਰ ਵੀ ਸਾਰੇ ਇਲਾਜ ਇੱਕੋ ਛੱਤ ਥੱਲੇ ਹੁੰਦੇ ਨੇ ਬਿਲਕੁਲ ਲਾਗਤ ਮੁੱਲ ਨਾਲ। ਔਰ ਆ ਕੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੱਧ ਪ੍ਰੇਮੀਆਂ ਨੂੰ ਰੋਜ਼ ਪ੍ਰਸ਼ਾਦਾ ਮਿਲਦਾ। ਆਪ ਵੀ ਪੇਟ ਭਰ ਕੇ ਛਕਦੇ ਨੇ, ਪਰਿਵਾਰ ਵੀ ਉਹਨਾਂ ਦੇ ਛਕਦੇ, ਔਰ ਅਸੀਸਾਂ ਕਿਹਨੂੰ ਦਿੰਦੇ ਨੇ? ਤੁਹਾਨੂੰ, ਜਿਹੜੇ ਤੁਸੀਂ ਦਾਨ ਕਰਦੇ ਹੋ, ਜਿਹੜੇ ਤੁਸੀਂ ਸੇਵਾ ਕਰਦੇ ਹੋ। ਇੱਥੇ ਹੀ ਬਜ਼ੁਰਗਾਂ ਦੇ ਲਈ ਰੋਜ਼ਾਨਾ ਟਿਫਨ ਵਿੱਚ 2 ਵੇਲੇ ਦਾ ਲੰਗਰ ਪੈਕ ਕਰਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਂਦਾ। ਔਰ ਭੁੱਲਿਓ ਨਾ, ਇਹ ਉਹੋ ਹੀ ਬਜ਼ੁਰਗ ਨੇ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਸਿਰ ਦੇ ਉੱਤੇ ਕੋਈ ਛੱਤ ਵੀ ਨਹੀਂ, ਘਰ ਦੇ ਵਿੱਚ ਹੋਰ ਕੋਈ ਰੋਜ਼ੀ ਰੋਟੀ ਦਾ ਸਾਧਨ ਵੀ ਨਹੀਂ, ਉਹਨਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਰੋਜ਼ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਦੀ ਸੇਵਾ ਵੀ ਕੀਤੀ ਜਾਂਦੀ ਹੈ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਦੇ ਮਾਧਿਅਮ ਰਾਹੀਂ। ਔਰ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ। ਮੇਰੀ ਸਭ ਨੂੰ ਬੇਨਤੀ ਹੈ, ਆਪ ਜੀ ਵੀ ਜੇ ਇਹਨਾਂ ਸੇਵਾਵਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣਾ ਯੋਗਦਾਨ ਤੁਸੀਂ ਜੋ ਤੁਹਾਡੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਚੱਲ ਰਹੀ ਹੈ, ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਆਪਣੀ ਸੇਵਾ ਪਾ ਕੇ, ਜੋ TV 'ਤੇ ਨੰਬਰ ਚੱਲ ਰਹੇ ਇਹਨਾਂ ਨੰਬਰਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ, ਤਾਂ ਜੋ ਤੁਹਾਨੂੰ ਰਸੀਦ ਔਰ ਸਤਿਕਾਰ ਵੀ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ QR ਕੋਡ ਦੇ ਰਾਹੀਂ ਵੀ ਭੇਜ ਸਕਦੇ, ਉਹ ਵੀ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਿਹਾ, ਔਰ ਇਹ ਸੇਵਾ ਤੁਸੀਂ ਸਾਨੂੰ ਫੋਨਪੇ, ਗੂਗਲ ਪੇ ਨਾਲ Paytm ਵੀ ਕਰ ਸਕਦੇ ਹੋ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ। ਹਰ ਪਲ, ਹਰ ਘੜੀ, ਹਰ ਸਮੇਂ ਤੁਹਾਡੀਆਂ ਅਸੀਸਾਂ ਨੂੰ ਅਸੀਂ ਲੋਚਦੇ ਹਾਂ। ਆਪਣੀਆਂ ਅਸੀਸਾਂ ਔਰ ਆਪਣੀ ਬਖਸ਼ਿਸ਼ ਸਾਡੇ ਸਾਰਿਆਂ ਦੇ ਉੱਤੇ ਪਿਆਰ ਦੇ ਵਿੱਚ ਤੁਸੀਂ ਬਣਾ ਕੇ ਰੱਖਿਓ ਜੀ, ਔਰ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 19 ਅਕਤੂਬਰ ਨੂੰ ਆਉਣਾ ਹੈ ਗੁਰੂ ਰਾਮਦਾਸ ਜੀ ਦਾ ਅਵਤਾਰ ਦਿਹਾੜਾ, 19 ਅਕਤੂਬਰ ਨੂੰ। ਅਤੇ ਉਸੇ ਸੰਬੰਧ ਦੇ ਵਿੱਚ, ਕਿਉਂਕਿ 2 ਵਾਰੀ ਖੁੱਲ੍ਹੇ ਪਾਠਾਂ ਦੀ ਸੇਵਾ ਸਾਰੀ ਸੰਗਤ ਕਰਦੀ ਹੈ ਰਲ ਮਿਲ ਕੇ, 19 ਅਕਤੂਬਰ ਨੂੰ ਦਿਹਾੜਾ ਹੈ ਮਹਾਰਾਜ ਦਾ। ਪਰ 27 ਅਕਤੂਬਰ ਨੂੰ ਜਿਹੜਾ ਚੁਪਹਿਰਾ ਹੋਣਾ ਹੈ ਨਾ, ਉਹਦੇ ਵਿੱਚ ਆਪਾਂ ਗੁਰੂ ਰਾਮਦਾਸ ਦਾ ਗੁਰਪੁਰਬ ਮਨਾਉਣਾ। ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਪਿਆਰਿਓ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਸ਼ੁਰੂ ਕਰ ਦਿਓ। ਇੱਕ ਇੱਕ ਸਹਿਜ ਪਾਠ ਇੱਕ ਇੱਕ ਪਰਿਵਾਰ ਜ਼ਰੂਰ ਕਰੇ, ਇਹ ਮੇਰੀ ਬੇਨਤੀ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ, 10 ਪਾਠ ਇੱਕ ਮੈਂਬਰ ਰੋਜ਼ ਦੇ ਜਪਜੀ ਸਾਹਿਬ ਦੇ ਕਰਨੇ ਸ਼ੁਰੂ ਕਰ ਦਿਓ, ਰੋਜ਼ ਦੇ ਇੱਕ ਇੱਕ ਮੈਂਬਰ, ਅਤੇ 5 ਜੀ ਨੇ 50 ਪਾਠ ਹੋ ਗਏ ਰੋਜ਼ ਦੇ, ਇਸੇ ਤਰ੍ਹਾਂ ਲੜੀ ਸ਼ੁਰੂ ਕਰ ਦਿਓ। ਹੁਣ ਭਾਵੇਂ ਸੁਖਮਨੀ ਸਾਹਿਬ ਦੇ 2 ਪਾਠ ਕਰ ਲਓ ਰੋਜ਼ ਦੇ ਇੱਕ ਇੱਕ ਮੈਂਬਰ, ਭਾਵੇਂ ਤੁਸੀਂ ਮੂਲ ਮੰਤਰ ਦੀਆਂ 1 ਓਅੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਦੀਆਂ 6 ਮਾਲਾ ਇੱਕ ਇੱਕ ਪ੍ਰੇਮੀ ਰੋਜ਼ ਫੇਰਨੀਆਂ ਸ਼ੁਰੂ ਕਰ ਦੇਵੇ। ਇੱਕ ਕਾਪੀ ਲਾ ਲਓ,
ਕਾਪੀ ਦੇ ਉੱਤੇ ਰੋਜ਼ ਸ਼ੁਕਰਾਨੇ ਦੇ ਵਿੱਚ ਲਿਖਣਾ, ਇੰਨੀ ਸੇਵਾ ਗੁਰੂ ਰਾਮਦਾਸ ਜੀ ਨੇ ਮੇਰੇ ਗਰੀਬਣੀ ਕੋਲੋਂ, ਮੇਰੇ ਗਰੀਬ ਕੋਲੋਂ ਨਿਤਨੇਮ ਕਰਨ ਦੀ ਲਈ ਹੈ ਜੀ। ਤੇ ਉਹ ਜਿੰਨਾ ਜੋੜ ਬਣੇਗਾ ਫਿਰ 25 ਅਕਤੂਬਰ ਤੱਕ ਉਹ ਫਿਰ ਟੀਵੀ ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ। 25 ਅਕਤੂਬਰ ਨੂੰ ਤੁਸੀਂ ਉਹ ਦਿੱਤੇ ਨੰਬਰਾਂ ਦੇ ਉੱਤੇ ਆਪਣੀ ਗਿਣਤੀ ਲਿਖਵਾਉਣੀ ਖੁੱਲੇ ਜਾਪ ਦੀ, ਤੇ 27 ਅਕਤੂਬਰ ਨੂੰ ਚੁਪਹਿਰੇ ਦੇ ਵਿੱਚ ਉਹ ਅਰਦਾਸ ਹੋਏਗੀ, ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ ਮਨਾਉਣਾ, 27 ਅਕਤੂਬਰ ਨੂੰ ਉਹਦੀ ਫਿਰ ਅਰਦਾਸ ਹੋਣੀ ਮਹਾਰਾਜ ਜੀ ਦੀ ਮਿਹਰ ਦੇ ਨਾਲ। ਔਰ ਏਡਾ ਜਦੋਂ ਜਪ ਤਪ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਤੁਸੀਂ ਕੀਤਾ ਹੋਏਗਾ, ਇੰਨੇ ਜਪ ਤਪ ਦੀ ਜਦੋਂ ਹਾਜ਼ਰੀ ਲੱਗੇਗੀ ਨਾ ਸੰਗਤ ਦੇ ਵਿੱਚ, ਪਤਾ ਨਹੀਂ ਕਿੰਨੇ ਕੁ ਬੰਧਨ ਗੁਰੂ ਰਾਮਦਾਸ ਨੇ ਉਸ ਦਿਨ ਕੱਟਣੇ ਸਾਡੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ, ਉਹ ਤੇ ਗੁਰੂ ਰਾਮਦਾਸ ਦਾ ਆਗਮਨ ਪੁਰਬ ਆਪਾਂ ਮਨਾਉਣਾ, ਤੇ ਬਖਸ਼ਿਸ਼ਾਂ ਉਹਨੇ ਦੇਣੀਆਂ ਹੀ ਦੇਣੀਆਂ। ਇਹ ਅੱਜ ਤੋਂ ਹੀ ਆਪਣੇ ਘਰਾਂ ਵਿੱਚ ਕਾਪੀਆਂ ਲਾ ਲਓ, ਤੁਹਾਡੇ ਘਰ ਕੋਈ ਕੰਮ ਕਰਨ ਵਾਲੀ ਵੀ ਹੈ ਨਾ, ਦੁੱਧ ਦੇਣ ਵਾਲਾ ਵੀ, ਉਹਨੂੰ ਵੀ ਕਹੋ ਬਈ ਇੰਨੀ ਬਾਣੀ ਪੜ੍ਹ, ਇੰਨੇ ਪਾਠ ਕਰੋ। ਕਹੇ ਨਹੀਂ ਪੜ੍ਹ ਸਕਦਾ, ਉਹਨੂੰ ਕਹੇ ਵਾਹਿਗੁਰੂ ਵਾਹਿਗੁਰੂ ਕਰ ਲੈ ਇੰਨੀ ਵਾਰੀ ਰੋਜ਼ ਕਰਿਆ ਕਰ। ਕੋਈ ਵੀ ਮੈਂਬਰ ਹੈ ਤੁਹਾਡੀਆਂ ਦੁਕਾਨਾਂ ਤੇ ਲੱਗੇ ਨੇ ਮੁੰਡੇ, ਕੋਈ ਵਰਕਰ ਨੇ, ਹਰੇਕ ਨੂੰ ਇਹ ਨੇਮ ਦੇ ਦਿਓ ਬਈ ਤੂੰ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲੈ, ਖੁਸ਼ੀਆਂ ਲੈ। ਔਰ ਜਿੰਨਾ ਜਪ ਤਪ ਹੋਵੇ 25 ਅਕਤੂਬਰ ਨੂੰ ਤੁਸੀਂ ਫਿਰ ਜਿਹੜੇ ਨੰਬਰ ਟੀਵੀ ਸਕਰੀਨ ਤੇ ਚੱਲਣਗੇ ਉਹਨਾਂ ਦੇ ਉੱਤੇ ਤੁਸੀਂ ਡਿਟੇਲ ਲਿਖਵਾਉਣੀ, ਔਰ 27 ਅਕਤੂਬਰ ਨੂੰ ਇਹ ਸਾਰੇ ਜਪ ਤਪ ਦੀ ਅਰਦਾਸ ਹੋਏਗੀ, ਇਹ ਬੇਨਤੀਆਂ ਪ੍ਰਮਾਣ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਿਤ ਹੋਇਆ ਔਰ ਵੱਡੀ ਗਿਣਤੀ ਦੇ ਵਿੱਚ ਹੋ ਰਿਹਾ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟਿਕਿਆ ਹੋਇਆ ਮੱਥਾ ਕਰੋ ਪਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹ ਹੋਈ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਜੀ ਚੌਂਕੜਾ ਮਾਰ ਕੇ ਬੈਠੇ, ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ। ਆਓ 7-8 ਮਿੰਟ ਪਹਿਲੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ, ਉਸ ਤੋਂ ਬਾਅਦ ਜਿਵੇਂ ਬਾਪੂ ਜੀ ਕਿਰਪਾ ਕਰਨਗੇ ਆਪ ਜੀਆਂ ਦੇ ਦੀਦਾਰ ਕਰਾਂਗੇ। ਵਾਹਿਗੁਰੂ 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 ਕਰੋ ਕਿਰਪਾ। ਵਾਹਿਗੁਰੂ 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 ਮਿੱਠ ਬੋਲੜਾ ਜੀ, ਮਿੱਠ ਬੋਲੜਾ ਹਰ ਸੱਜਣ ਸੁਆਮੀ ਮੋਰਾ।
ਸਜਣ ਸੁਆਮੀ ਮੋਰਾ ਹਉ ਸੰਭਲ ਥੱਕੀ ਜੀ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ ਹਉ ਸੰਭਲ ਥੱਕੀ ਜੀ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ ਵਾਹਿਗੁਰੂ 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 ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਣ ਹਰ ਦਇਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ 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 ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ
ਪ੍ਰੀ ਸੱਚ ਨਾਨਕ ਹੋਸੀ ਪ੍ਰੀ ਸੱਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਸਾਰੀ ਸੰਗਤ ਵਾਹਿਗੁਰੂ 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 ਸਭ ਦੀ ਆਵਾਜ਼ ਵਾਹਿਗੁਰੂ 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 ਸ਼ੁਕਰਾਨੇ ਵਾਹਿਗੁਰੂ 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 ਗੁਰੂ ਵਾਹਿ
ਸਤ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਰੋਜ਼ ਆਪਾਂ ਬੇਨਤੀਆਂ ਕਰਦੇ ਹਾਂ, ਇੱਕ ਬੇਨਤੀ ਕਰਕੇ ਫਿਰ ਸ਼ਬਦ ਪੜ੍ਹਨਾ ਆਪਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੁਣਿਓ ਧਿਆਨ ਨਾਲ ਬੇਨਤੀ। ਇੱਕ ਪਿਓ ਤੇ ਪੁੱਤਰ ਦੋਵੇਂ ਟਹਿਲਣ ਵਾਸਤੇ ਨਿਕਲੇ ਤੇ ਟਹਿਲਦਿਆਂ ਟਹਿਲਦਿਆਂ ਨਾ ਦੂਰ ਖੇਤਾਂ ਵੱਲ ਨਿਕਲ ਗਏ। ਸੁਣਨ ਵਾਲੀ ਗੱਲ ਜੇ ਤੇ ਪੁੱਤ ਨੇ ਇੱਕਦਮ ਵੇਖਿਆ ਰਸਤੇ ਦੇ ਵਿੱਚ ਪੁਰਾਣੇ ਜੁੱਤੇ ਪਏ ਨੇ, ਪੁਰਾਣੇ ਜੋੜੇ ਪਏ ਨੇ, ਪੁਰਾਣੇ ਜੋ ਜੁੱਤੇ ਕਹਿ ਲਓ, ਚੱਪਲਾਂ ਕਹਿ ਲਓ। ਸੁਣਿਓ ਧਿਆਨ ਨਾਲ। ਤੇ ਉਸ ਵੇਲੇ ਮਨ ਵਿੱਚ ਅੰਦਾਜ਼ਾ ਹੋ ਗਿਆ ਕਿ ਇਹ ਜੁੱਤੇ ਉਹਨਾਂ ਦੇ ਨੇ ਜਿਹੜੇ ਗਰੀਬ ਮਜ਼ਦੂਰ ਖੇਤਾਂ 'ਚ ਕੰਮ ਕਰ ਰਹੇ। ਤੇ ਉਸ ਵੇਲੇ ਨਾ ਪੁੱਤਰ ਨੂੰ ਨਾ ਇੱਕ ਮਜ਼ਾਕ ਸੁਝਿਆ ਮਜ਼ਾਕ, ਤੇ ਆਪਣੇ ਪਿਓ ਨੂੰ ਪਤਾ ਕੀ ਕਹਿੰਦਾ, ਕਹਿੰਦਾ ਕਿਉਂ ਨਾ ਹੋਵੇ ਅੱਜ ਦੀ ਸ਼ਾਮ ਥੋੜ੍ਹੀ ਜਿਹੀ ਮਸਤੀ ਕਰੀਏ। ਪਿਓ ਕਹਿੰਦਾ ਕੀ ਮਸਤੀ, ਕੀ ਮਤਲਬ ਤੇਰਾ? ਕਹਿੰਦਾ ਅੱਜ ਮੈਂ ਮਸਤੀ ਦਾ ਸ਼ਾਮ ਦੇ ਵੇਲੇ ਆਨੰਦ ਲੈਣਾ ਚਾਹੁੰਦਾ, ਅੱਜ ਦੀ ਸ਼ਾਮ ਨੂੰ ਮੈਂ ਯਾਦਗਾਰ ਬਣਾਉਣਾ ਚਾਹੁੰਦਾ। ਪਿਓ ਨੇ ਹੈਰਾਨੀ ਜਨਕ ਤਰੀਕੇ ਦੇ ਨਾਲ ਵੇਖਿਆ, ਪੁੱਤਰ ਦੱਸ ਤੇ ਸਹੀ ਕਿਵੇਂ ਮਸਤੀ ਕਰਨੀ, ਕਿਵੇਂ ਤੂੰ ਆਪਣੀ ਸ਼ਾਮ ਨੂੰ ਆਨੰਦਮਈ ਬਣਾਉਣਾ, ਯਾਦਗਾਰ ਬਣਾਉਣਾ। ਤੇ ਉਸ ਵੇਲੇ ਪਤਾ ਕੀ ਕਹਿੰਦਾ, ਕਹਿੰਦਾ ਜਿਹਨਾਂ ਦੇ ਜੁੱਤੇ ਨੇ ਨਾ ਇੱਥੇ ਪਏ, ਅਸੀਂ ਇਹ ਜੁੱਤੇ ਚੱਕ ਕੇ ਦੂਰ ਝਾੜੀਆਂ ਵਿੱਚ ਛੁਪਾ ਦੇਣੇ ਆ। ਸੁਣਨ ਵਾਲੀ ਗੱਲ ਜੇ, ਜੁੱਤੇ ਚੱਕ ਕੇ ਦੂਰ ਝਾੜੀਆਂ ਵਿੱਚ ਛੁਪਾ ਦੇਣੇ ਆ, ਤੇ ਆਪ ਇੱਕ ਦਰਖਤ ਦੇ ਪਿੱਛੇ ਲੁੱਕ ਕੇ ਨਾ ਜਦੋਂ ਮਜ਼ਦੂਰ ਆਪਣੇ ਆਪਣੇ ਜੋੜੇ ਲੱਭਣਗੇ, ਜੁੱਤੇ ਲੱਭਣਗੇ, ਜਦੋਂ ਕਲਪਣਗੇ ਨਾ ਉਹ ਚੀਜ਼ ਦਾ ਤਮਾਸ਼ਾ ਵੇਖਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨਾਂ ਦੀ ਜਿਹੜੀ ਇਹ ਤਲਬ ਹੈ ਨਾ ਉਹ ਵੇਖਣ ਲਾਇਕ ਹੋਏਗੀ, ਤੇ ਸਾਰੀ ਜ਼ਿੰਦਗੀ ਫਿਰ ਇਸ ਸ਼ਾਮ ਨੂੰ ਮੈਂ ਯਾਦ ਰੱਖਾਂਗਾ। ਯਾਦ ਮੈਂ ਉਹਨਾਂ ਨੂੰ ਕਲਪਾਉਣਾ ਚਾਹੁੰਦਾ ਕਿ ਜਿਹੜੇ ਗਰੀਬ ਨੇ, ਮਜ਼ਦੂਰ ਨੇ, ਉਹਨਾਂ ਦੇ ਜੋੜੇ ਮੈਂ ਲੁਕਾ ਦਿਆਂਗਾ, ਜਦੋਂ ਉਹਨਾਂ ਨੂੰ ਲੱਭਣਗੇ ਨਹੀਂ, ਕਲਪਣਗੇ, ਜਿਹੜੀ ਉਹ ਤਲਬ ਇਹਨਾਂ ਵੇਖਣ ਯੋਗ ਹੋਏਗੀ, ਤੇ ਸਾਰੀ ਜ਼ਿੰਦਗੀ ਮੈਂ ਇਸ ਚੀਜ਼ ਨੂੰ ਯਾਦ ਰੱਖਾਂਗਾ। ਤੇ ਉਸ ਵੇਲੇ ਨਾ ਪੁੱਤਰ ਦੀ ਗੱਲ ਸੁਣ ਕੇ ਪਿਤਾ ਥੋੜ੍ਹਾ ਜਿਹਾ ਗੰਭੀਰ ਹੋ ਗਿਆ, ਤੇ ਪਤਾ ਕੀ ਕਹਿੰਦਾ, ਕਹਿੰਦਾ ਪੁੱਤਰ ਕਿਸੇ ਗਰੀਬ ਤੇ ਕਮਜ਼ੋਰ ਦੇ ਨਾਲ ਉਹਦੀ ਜ਼ਰੂਰਤ ਦੀ ਚੀਜ਼ ਨੂੰ ਲੈ ਕੇ ਕਦੀ ਵੀ ਇਹੋ ਜਿਹਾ ਭੱਦਾ ਮਜ਼ਾਕ ਨਹੀਂ ਕਰਨਾ ਚਾਹੀਦਾ। ਸੁਣਨ ਵਾਲੀ ਗੱਲ ਜੇ, ਕਹਿੰਦਾ ਕਿਸੇ ਗਰੀਬ ਕਮਜ਼ੋਰ ਦੇ ਨਾਲ ਉਹਦੀ ਜ਼ਰੂਰਤ ਦੀ ਚੀਜ਼ ਨੂੰ ਲੈ ਕੇ ਕਦੀ ਭੱਜਾ ਮਜ਼ਾਕ ਨਹੀਂ ਕਰਨਾ ਚਾਹੀਦਾ। ਕਹਿੰਦਾ ਬੇਸ਼ੱਕ ਤੇਰੀਆਂ ਨਜ਼ਰਾਂ ਦੇ ਵਿੱਚ ਉਹ ਜੁੱਤੀਆਂ ਦੀ ਕੋਈ ਕੀਮਤ ਨਹੀਂ, ਪਰ ਉਹ ਗਰੀਬ ਦੇ ਲਈ ਬੇਸ਼ਕੀਮਤੀ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਪਿਓ ਕਹਿੰਦਾ ਪੁੱਤਰ ਜੇ ਸ਼ਾਮ ਯਾਦਗਾਰੀ ਬਣਾਉਣੀ ਹੋ ਨਾ ਤੇ ਇੱਕ ਤਰੀਕਾ ਮੈਂ ਤੈਨੂੰ ਦੱਸਦਾ। ਕਹਿੰਦੇ ਇਹਨਾਂ ਦੀਆਂ ਜੁੱਤੀਆਂ, ਇਹਨਾਂ ਦੇ ਜੁੱਤੇ ਚੁੱਕਣ ਦੀ ਬਜਾਏ ਨਾ ਇਹਨਾਂ ਦੇ ਜੁੱਤਿਆਂ ਦੇ ਵਿੱਚ ਕੁਝ ਸਿੱਕੇ ਪਾ ਦੇ, ਕੁਝ ਮਾਇਆ ਪਾ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਫਿਰ ਛੁੱਪ ਕੇ ਵੇਖਦੇ ਆ ਕਿ ਇਹਨਾਂ ਦੇ ਉੱਤੇ ਉਹ ਚੀਜ਼ ਦਾ ਕੀ ਪ੍ਰਭਾਵ ਪੈਂਦਾ। ਹੁਣ ਗੱਲ ਸੁਣਿਓ, ਇਹਨਾਂ ਨੇ ਏਦਾਂ ਹੀ ਕੀਤਾ, ਉਹ ਜਿਹੜੇ ਗਰੀਬ ਮਜ਼ਦੂਰਾਂ ਦੇ ਜੁੱਤੇ ਪਏ ਸੀ ਨਾ ਉਹਨਾਂ ਦੇ ਵਿੱਚ ਕੁਝ ਮਾਇਆ, ਉਹ ਸਿੱਕੇ ਪਾਤੇ।
ਤੇ ਛੁੱਪ ਕੇ ਵੇਖਣ ਲੱਗ ਪਏ ਕਿ ਮਜ਼ਦੂਰਾਂ ਦੇ ਉੱਤੇ ਇਹਦਾ ਕੀ ਪ੍ਰਭਾਵ, ਕੀ ਅਸਰ ਪਏਗਾ। ਤੇ ਇਹ ਪਿਆਰਿਓ ਕੀ ਵੇਖਦੇ ਨੇ ਮਜ਼ਦੂਰ, ਜਦੋਂ ਆਪਣੀ ਮਜ਼ਦੂਰੀ ਕਰਕੇ ਕੰਮ ਖਤਮ ਕਰਕੇ ਉੱਥੇ ਆਏ ਤੇ ਪੈਰ ਇੱਕ ਪਾਇਆ ਨਾ ਜਦੋਂ ਜੁੱਤੇ ਦੇ ਵਿੱਚ, ਲੱਗਿਆ ਕਿ ਕੋਈ ਚੀਜ਼ ਹੈ, ਤੇ ਜਦੋਂ ਪੈਰ ਪਾਇਆ ਕਠੋਰ ਚੀਜ਼ ਲੱਗੀ ਤੇ ਉਹਨੇ ਕੀਤਾ ਕਿ ਜੁੱਤੇ ਦੇ ਵਿੱਚ ਹੱਥ ਪਾਇਆ, ਤੇ ਹੱਥ ਜਦੋਂ ਪਾਇਆ ਤੇ ਅੰਦਰ ਕੁਝ ਸਿੱਕੇ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬੜੀ ਹੈਰਾਨਗੀ ਦੇ ਨਾਲ ਉਹ ਸਿੱਕਿਆਂ ਵੱਲ ਵੇਖਦਾ, ਗੌਰ ਦੇ ਨਾਲ ਵੇਖਦਾ, ਬੜੀ ਹੈਰਾਨਗੀ ਦੇ ਨਾਲ ਵੇਖਦਾ, ਤੇ ਫਿਰ ਇਧਰ ਉਧਰ ਵੇਖਣ ਲੱਗ ਪਿਆ। ਇਧਰ ਉਧਰ ਉਹਨੇ ਵੇਖਣਾ ਸ਼ੁਰੂ ਕਰ ਦਿੱਤਾ ਕਿ ਅਸਲੀਅਤ ਦੇ ਵਿੱਚ ਮੇਰਾ ਮਦਦਗਾਰ ਕਿਹੜਾ ਸ਼ਖਸ ਬਣਿਆ। ਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਦੋਂ ਦੂਰ ਦੂਰ ਤੱਕ ਕੋਈ ਨਜ਼ਰ ਨਹੀਂ ਨਾ ਆਇਆ, ਉਹਨੇ ਉਹ ਸਿੱਕੇ ਆਪਣੀ ਜੇਬ 'ਚ ਪਾਏ, ਤੇ ਜਦੋਂ ਦੂਜਾ ਪੈਰ ਪਾਉਣ ਲੱਗਾ ਉਹਦੇ 'ਚ ਵੀ ਚੀਜ਼ ਮਹਿਸੂਸ ਹੋਈ, ਜਦੋਂ ਉਹਨੂੰ ਫੜਿਆ ਉਹਦੇ 'ਚ ਵੀ ਸਿੱਕੇ, ਤੇ ਉਸ ਵੇਲੇ ਮਜ਼ਦੂਰ ਨਾ ਥੋੜ੍ਹਾ ਬੈਰਾਗ ਵਿੱਚ ਆ ਗਿਆ, ਮਨ ਭਰ ਗਿਆ, ਤੇ ਆਪਣੇ ਗੋਡਿਆਂ ਦੇ ਭਾਰ ਨਾ ਜ਼ਮੀਨ ਦੇ ਉੱਤੇ ਬਹਿ ਗਿਆ, ਤੇ ਅਸਮਾਨ ਵੱਲ ਵੇਖ ਕੇ ਨਾ ਉੱਚੀ ਉੱਚੀ ਰੋਣ ਲੱਗ ਪਿਆ, ਤੇ ਹੱਥ ਜੋੜ ਕੇ ਪਤਾ ਕੀ ਕਹਿੰਦਾ, ਕਹਿੰਦਾ ਹੇ ਭਗਵਾਨ, ਅੱਜ ਤੁਸੀਂ ਕਿਹੜੇ ਰੂਪ 'ਚ ਇੱਥੇ ਆਏ ਸੀ ਜੀ, ਅੱਜ ਤੁਸੀਂ ਕਿਹੜੇ ਰੂਪ 'ਚ ਇੱਥੇ ਆਏ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਤੁਸੀਂ ਸਮੇਂ ਦੇ ਉੱਤੇ ਆ ਕੇ ਇਹ ਮੇਰੀ ਸਹਾਇਤਾ ਕੀਤੀ ਹੈ, ਤੇ ਇਹ ਜਿੰਨੇ ਸਿੱਕੇ ਨੇ ਨਾ ਇਹਨਾਂ ਦੇ ਮਾਧਿਅਮ ਨਾਲ, ਇਹਨਾਂ ਦੇ ਮਾਧਿਅਮ ਦੇ ਨਾਲ ਤੁਹਾਡੀ ਕੀਤੀ ਹੋਈ ਦਿਆਲਤਾ ਦੇ ਨਾਲ, ਤੁਹਾਡੀ ਕੀਤੀ ਹੋਈ ਸਹਾਇਤਾ ਦੇ ਨਾਲ ਅੱਜ ਮੇਰੀ ਬਿਮਾਰ ਪਤਨੀ ਦੇ ਲਈ ਦਵਾਈ ਆਏਗੀ, ਤੇ ਮੇਰੇ ਭੁੱਖੇ ਬੱਚਿਆਂ ਦੇ ਲਈ ਰੋਟੀ ਆਏਗੀ ਹਾਂਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਿਰ ਝੁਕਾ ਝੁਕਾ ਕੇ ਸ਼ੁਕਰਾਨੇ ਕਰਦਾ, ਸਿਰ ਝੁਕਾ ਝੁਕਾ ਕੇ ਸ਼ੁਕਰਾਨੇ ਕਰਦਾ, ਕਹਿੰਦਾ ਹੇ ਦਿਆਲੂ ਪ੍ਰਭੂ ਜੀ, ਅੱਜ ਤੁਸੀਂ ਕਿਹੜੇ ਰੂਪ 'ਚ ਆ ਕੇ ਵਰਤ ਗਏ ਮੇਰੇ ਨਾਲ, ਇਹਦੇ ਨਾਲ ਮੇਰੀ ਪਤਨੀ ਦੀ ਦਵਾਈ ਤੇ ਭੁੱਖੇ ਬੱਚਿਆਂ ਦੇ ਲਈ ਰੋਟੀ ਦਾ ਪ੍ਰਬੰਧ ਹੋਣਾ ਹੈ। ਸਿਰ ਝੁਕਾ ਝੁਕਾ ਕੇ ਸ਼ੁਕਰਾਨੇ ਕਰਨ ਲੱਗ ਪਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਮਜ਼ਦੂਰ ਦੀਆਂ ਗੱਲਾਂ ਸੁਣ ਕੇ ਨਾ ਪੁੱਤਰ ਦੀਆਂ ਅੱਖਾਂ ਭਰ ਆਈਆਂ, ਤੇ ਉਸ ਵੇਲੇ ਪਿਓ ਨੇ ਪੁੱਤਰ ਨੂੰ ਸੀਨੇ ਨਾਲ ਲਾਇਆ ਤੇ ਇੰਨੀ ਗੱਲ ਕਹੀ, ਕਹਿੰਦੇ ਤੇਰੀ ਮਜ਼ਾਕ ਵਾਲੀ ਮਜ਼ੇ ਵਾਲੀ ਗੱਲ ਦੇ ਨਾਲ ਇੰਨਾ ਆਨੰਦ ਨਹੀਂ ਸੀ ਆਉਣਾ, ਉਹ ਕੁਝ ਸਮੇਂ ਦੀ ਤੈਨੂੰ ਤਸੱਲੀ ਹੋਣੀ ਸੀ ਕੁਝ ਸਮੇਂ ਦੀ, ਕਿ ਮੈਂ ਅਗਲੇ ਨੂੰ ਕਲਪਾਇਆ, ਮੈਨੂੰ ਬੜਾ ਮਜ਼ਾ ਆਇਆ, ਮੈਨੂੰ ਬੜਾ ਮਜ਼ਾ ਆਇਆ, ਤੇਰੇ ਮਜ਼ਾਕ ਵਾਲੀ ਗੱਲ ਦੇ ਨਾਲ ਤੈਨੂੰ ਇੰਨਾ ਆਨੰਦ ਨਹੀਂ ਸੀ ਆਉਣਾ, ਤੇ ਉਹ ਤੈਨੂੰ ਕੁਝ ਚਿਰ ਬਾਅਦ ਆਨੰਦ ਭੁੱਲ ਜਾਣਾ ਸੀ, ਪਰ ਇਹਦੀ ਤੁਲਨਾ ਵਿੱਚ ਵੇਖ ਜਿਹੜੇ ਪਿਆਰ ਦੇ ਵਿੱਚ ਉਹ ਗਰੀਬ ਬੰਦੇ ਨੇ ਸਿੱਕੇ ਲਏ ਨੇ ਨਾ, ਤੇ ਜਿਹੜੇ ਪਿਆਰ ਦੇ ਵਿੱਚ ਅਸੀਸਾਂ ਦਿੱਤੀਆਂ ਨੇ, ਉਹਦਾ ਦਿੱਤਾ ਹੋਇਆ ਆਸ਼ੀਰਵਾਦ ਜੀਵਨ ਭਰ ਤੇਰੇ ਕੰਮ ਆਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ, ਕਹਿੰਦਾ ਕੁਝ ਸਮੇਂ ਲਈ ਤੂੰ ਮਜ਼ਾਕ ਕਰਦਾ, ਉਹ ਕਲਪ ਦੇ ਤੈਨੂੰ ਮਜ਼ਾ ਆਉਣਾ ਸੀ, ਪਰ ਉਹ ਕੁਝ ਸਮੇਂ ਬਾਅਦ ਭੁੱਲ ਜਾਣਾ ਸੀ, ਪਰ ਆਹ ਜਿਹੜਾ ਤੂੰ ਦ੍ਰਿਸ਼ ਆਪਣੀਆਂ ਅੱਖਾਂ ਨਾਲ ਵੇਖ ਲਿਆ ਨਾ, ਪਰਮੇਸ਼ਰ ਦਾ ਸ਼ੁਕਰਾਨਾ ਕਰ ਰਿਹਾ, ਅਸੀਸਾਂ ਦੇ ਰਿਹਾ ਕਿ ਕਿੰਨੇ ਮੇਰੀ ਮਦਦ ਕੀਤੀ ਹੈ,
ਕਹਿੰਦੇ ਇਹ ਆਨੰਦ ਜੀਵਨ ਭਰ ਤੈਨੂੰ ਯਾਦ ਰਹੇਗਾ, ਇਹ ਕਦੀ ਭੁੱਲੇਗਾ ਨਹੀਂ। ਤੇ ਉਸ ਵੇਲੇ ਪੁੱਤਰ ਨੇ ਹੱਥ ਜੋੜ ਕੇ ਪਤਾ ਕੀ ਕਿਹਾ, ਕਹਿੰਦਾ ਪਿਤਾ ਜੀ ਅੱਜ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲ ਗਿਆ, ਤੇ ਉਹ ਚੀਜ਼ ਜਿਹੜੀ ਮੈਂ ਸਿੱਖੀ ਹੈ ਨਾ ਉਹਦਾ ਆਨੰਦ ਆਪਣੇ ਅੰਦਰ ਮੈਂ ਮਹਿਸੂਸ ਕਰ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਅਚਾਨਕ ਜਦੋਂ ਉਹ ਗਰੀਬ ਦੀਆਂ ਅੱਖਾਂ ਵਿੱਚ ਅਥਰੂ ਆਏ, ਉਹਨੇ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ, ਜਿੰਨੇ ਸਿੱਕੇ ਰੱਖੇ ਨੇ ਉਹਨੂੰ ਆਸ਼ੀਰਵਾਦ ਦਿੱਤਾ, ਪਿਤਾ ਜੀ ਉਦੋਂ ਦਾ ਹੀ ਮੇਰੇ ਅੰਦਰ ਇੱਕ ਅਨੋਖਾ ਜਿਹਾ ਸਕੂਨ ਬਣ ਗਿਆ, ਇੱਕ ਅਨੋਖਾ ਜਿਹਾ ਸੁੱਖ ਆਉਣ ਲੱਗ ਪਿਆ, ਇੱਕ ਅਨੋਖੀ ਜੀ ਸ਼ਾਂਤੀ ਮੇਰੇ ਅੰਦਰ ਭਰ ਗਈ। ਇਹ ਚੀਜ਼ ਨੂੰ ਮੈਂ ਜੀਵਨ ਭਰ ਯਾਦ ਰੱਖਾਂਗਾ, ਤੇ ਅੱਜ ਮੈਨੂੰ ਉਹ ਸ਼ਬਦਾਂ ਦਾ ਮਤਲਬ ਸਮਝ ਆ ਗਿਆ ਜਿਹੜਾ ਕਦੀ ਮੈਂ ਪਹਿਲੇ ਸਮਝ ਨਹੀਂ ਸੀ ਪਾਇਆ। ਅੱਜ ਤੱਕ ਮੈਂ ਮਜ਼ਾ ਮਸਤੀ ਮਜ਼ਾਕ ਆਹੀ ਚੀਜ਼ਾਂ ਨੂੰ ਵਾਸਤਵਿਕ ਦੇ ਵਿੱਚ ਆਨੰਦ ਸਮਝਦਾ ਸੀ, ਪਰ ਅੱਜ ਮੈਂ ਸਮਝ ਗਿਆ ਅਸਲੀਅਤ ਦੇ ਵਿੱਚ ਆਨੰਦ ਕੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਸਲੀਅਤ ਵਿੱਚ ਆਨੰਦ ਦੂਜਿਆਂ ਨੂੰ ਕਲਪਾਉਣ ਵਿੱਚ ਨਹੀਂ, ਦੂਜਿਆਂ ਕੋਲੋਂ ਖੋਣ ਵਿੱਚ ਨਹੀਂ, ਅਸਲੀਅਤ ਵਿੱਚ ਆਨੰਦ ਵੰਡਣ ਵਿੱਚ ਜੀ। ਪਿਆਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਿ ਲੈਣ ਵਿੱਚ ਨਹੀਂ ਇੰਨਾ ਸੁੱਖ, ਦੂਜਿਆਂ ਕੋਲੋਂ ਖੋਣ ਵਿੱਚ ਇੰਨਾ ਸੁੱਖ ਨਹੀਂ, ਮੰਗਣ ਵਿੱਚ ਇੰਨਾ ਸੁੱਖ ਨਹੀਂ ਜਿੰਨਾ ਵੰਡਣ ਵਿੱਚ ਸੁੱਖ ਹੈ। ਅੱਜ ਮੈਂ ਅਸਲੀਅਤ ਦੇ ਵਿੱਚ ਸਮਝ ਗਿਆ ਅਸਲ ਦੇ ਵਿੱਚ ਆਨੰਦ ਕੀ ਹੁੰਦਾ ਹੈ। ਪਿਆਰ ਨ ਲਖ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ ਜੇ ਕਦੀ ਵੀ ਇਹੋ ਜਿਹਾ ਕਿਸੇ ਨਾਲ ਮਜ਼ਾਕ ਨਾ ਕਰੋ ਜੀ, ਜਿਸ ਮਜ਼ਾਕ ਦੇ ਨਾਲ ਕਿਸੇ ਦਾ ਦਿਲ ਦੁਖੇ, ਕਦੀ ਵੀ ਇਹੋ ਜਿਹਾ ਮਜ਼ਾਕ ਨਾ ਕਰੋ, ਕਦੀ ਵੀ ਇਹੋ ਜਿਹਾ ਮਜ਼ਾਕ ਨਾ ਕਰੋ ਜਿਹਦੇ ਨਾਲ ਕਿਸੇ ਦੀ ਵੱਧ ਅਸੀਸ ਤੁਹਾਨੂੰ ਲੱਗੇ, ਇਹ ਨਹੀਂ। ਹਾਂ, ਜੇ ਆਨੰਦ ਚਾਹੁੰਦੇ ਹੋ ਨਾ ਤੇ ਫਿਰ ਅਸੀਸਾਂ ਇਕੱਠੀਆਂ ਕਰੋ, ਜੇ ਆਨੰਦ ਚਾਹੁੰਦੇ ਹੋ ਲੈਣ ਦੀ ਜਗ੍ਹਾ ਤੇ ਦੇਣ ਵਾਲਾ ਸੁਭਾਅ, ਵੰਡਣ ਵਾਲਾ ਸੁਭਾਅ ਬਣਾਓ। ਜੇ ਅਸੀਸਾਂ ਚਾਹੁੰਦੇ ਹੋ, ਪਰਮੇਸ਼ਰ ਦਾ ਅਸਲੀ ਆਸ਼ੀਰਵਾਦ ਚਾਹੁੰਦੇ ਹੋ ਨਾ ਪਿਆਰਿਓ, ਤੇ ਇਹ ਮੇਰੀ ਬੇਨਤੀ ਏ, ਜਿਹੜੀ ਚੀਜ਼ ਉਹ ਪੁੱਤਰ ਸਮਝ ਗਿਆ ਨਾ, ਅਸੀਂ ਵੀ ਉਹ ਚੀਜ਼ ਨੂੰ ਸਮਝ ਲਈਏ, ਆਨੰਦ ਤਾਂ ਆਏਗਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਵੱਡਾ ਦਿਨ ਹੈ। ਹੁਣ ਤੁਸੀਂ ਸਿਆਣੇ ਹੋ, ਮੰਨ ਲਓ ਇੱਥੇ ਨੌਕਰੀ ਕਰਨ ਵਾਲੇ ਬੈਠੇ ਹੋਣ ਗੁਰਮੁਖ ਪਿਆਰੇ ਜਾਂ ਭੈਣਾਂ ਬੀਬੀਆਂ, ਤੁਸੀਂ ਨੌਕਰੀ ਕੀਤੀ, ਜੋ ਤੁਸੀਂ ਨੌਕਰੀ ਕੀਤੀ ਮਹੀਨੇ ਬਾਅਦ ਹਫ਼ਤੇ ਬਾਅਦ ਤੁਹਾਨੂੰ ਤਨਖਾਹ ਮਿਲੀ, ਤਨਖਾਹ ਮਿਲੀ ਉਹਦਾ ਆਨੰਦ ਹੈ ਕਿ ਮਿਹਨਤ ਕੀਤੀ ਮਿਹਨਤ ਦੇ ਪੈਸੇ ਮਿਲੇ, ਪਰ ਤੁਸੀਂ ਸਿਆਣੇ ਹੋ, ਮਿਹਨਤ ਜਿੰਨੀ ਤੁਸੀਂ ਕੀਤੀ ਓਨੀ ਤੁਹਾਨੂੰ ਤਨਖਾਹ ਮਿਲ ਗਈ, ਚੰਗੀ ਗੱਲ। ਪਰ 6 ਮਹੀਨਿਆਂ ਬਾਅਦ, ਸਾਲ ਬਾਅਦ ਤੁਹਾਨੂੰ ਮਾਲਕ ਕਵੇ ਵੀ ਤੂੰ ਕੰਮ ਬੜਾ ਵਧੀਆ ਕਰਦਾ, ਤੇਰੀ ਜਿਹੜੀ ਤਨਖਾਹ ਹੈ ਨਾ ਉਹ ਮੈਂ ਵਧਾ ਰਿਹਾ, ਜਿੰਨੀ ਤੇਰੀ ਤਨਖਾਹ ਹੈ ਨਾ ਉਹਦੇ ਵਿੱਚ ਮੈਂ$500 ਦਾ ਵਾਧਾ ਕਰ ਰਿਹਾ, ਤੈਨੂੰ ਮੈਂ ਬੋਨਸ ਦੇ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਬੋਨਸ ਦੇ ਰਿਹਾ ਤੇਰੇ ਕੰਮ ਤੋਂ, ਮੈਂ ਬੜਾ ਹੀ ਖੁਸ਼ ਹਾਂ, ਬਹੁਤ ਖੁਸ਼, ਤੈਨੂੰ ਮੈਂ ਬੋਨਸ ਦੇਣਾ। ਤੇ ਜਦੋਂ ਬੋਨਸ ਮਿਲਦਾ ਨਾ ਉਹਦੀ ਜਿੰਨੀ ਖੁਸ਼ੀ ਹੁੰਦੀ ਮਹੀਨੇ ਦੀ ਤਨਖਾਹ ਦੀ ਵੀ ਓਨੀ ਨਹੀਂ ਜੇ ਹੁੰਦੀ। ਜਾਂ ਕੋਈ ਦੀਵਾਲੀ ਆ ਗਈ, ਜਾਂ ਕੋਈ ਦਿਨ ਤਿਉਹਾਰ ਆ ਗਿਆ, ਮਾਲਕ ਨੇ ਗਿਫਟ ਦੇ ਦਿੱਤਾ ਤੁਹਾਨੂੰ,
ਉਹਦੀ ਜਿੰਨੀ ਖੁਸ਼ੀ ਹੋਏਗੀ ਤਨਖਾਹ ਦੀ ਓਨੀ ਨਹੀਂ ਹੋਏਗੀ। ਮੈਨੂੰ ਮਾਲਕ ਨੇ ਖੁਸ਼ ਹੋ ਕੇ ਆ ਚੀਜ਼ ਦਿੱਤੀ ਹੈ, ਇਹ ਬੋਨਸ ਦਿੱਤਾ ਹੈ ਮੈਨੂੰ। ਤੇ ਅੱਜ ਵੇਖੋ ਕਿੱਡੇ ਤਗੜੇ ਤਗੜੇ ਬੋਨਸ ਸਾਨੂੰ ਮਿਲ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਹਿਲਾ ਵੱਡਾ ਬੋਨਸ ਪਤਾ ਕੀ, ਜਿਹੜਾ ਸਮਾਂ ਬਹੁਤ ਘੱਟ ਲੋਕਾਂ ਦੇ ਜੀਵਨ ਦੇ ਵਿੱਚ ਆਉਣਾ ਹੈ ਆਉਣ ਵਾਲੇ ਸਾਲਾਂ 'ਚ, ਇਹ 450 ਸਾਲਾਂ ਗੁਰਤਾ ਗੱਦੀ ਦਿਵਸ ਹੈ ਗੁਰੂ ਰਾਮਦਾਸ ਜੀ ਦਾ। ਅੱਜ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। 550 ਸਾਲਾਂ ਆਉਣਾ ਹੈ, 100 ਸਾਲ ਬਾਅਦ ਕਿੰਨੇ ਵੇਖਣਾ ਹੈ। ਜੇ 50 ਸਾਲਾਂ ਬਾਅਦ 500 ਸਾਲਾਂ ਵੀ ਆਏਗਾ ਨਾ, ਜਿਹੜੇ ਪਿਆਰੇ ਹੁਣ 50-50 60-60 ਸਾਲ ਦੇ ਹੋ, ਕਿੱਥੇ ਵੇਖਾਂਗੇ। ਅੱਜ ਬੜਾ ਵੱਡਾ ਬੋਨਸ ਦਾ ਦੇਣ ਹੈ ਕਿ 450 ਸਾਲਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਦਾ ਦੇਣ ਹੈ, ਏਡਾ ਵੱਡਾ ਦੇਣ। ਵਾਹ ਵਾਹ, ਸ਼ੁਕਰਾਨੇ। ਦੂਜਾ ਵੱਡਾ ਬੋਨਸ, ਅੱਜ ਸੰਗਰਾਂਦ ਦਾ ਦਿਹਾੜਾ, ਅੱਸੂ ਦਾ ਮਹੀਨਾ ਚੜ੍ਹੇ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੀਜਾ ਵੱਡਾ ਬੋਨਸ, ਆ ਗੁਰੂ ਪਿਤਾ ਜੀ ਨੇ ਕਿਰਪਾ ਦਾ ਖਾਤਾ ਖੋਲ ਕੇ ਸਾਨੂੰ ਆਪਣੀ ਗੋਦੀ ਦੇ ਵਿੱਚ ਭਾਇਆ ਹੈ। ਕਈਆਂ ਨੇ ਪਲੈਨਿੰਗਾਂ ਕੀਤੀਆਂ ਹੋਣਗੀਆਂ, ਮੈਂ ਆਹ ਕੰਮ ਕਰਨਾ, ਉਹ ਕੰਮ ਕਰਨਾ, ਬਾਪੂ ਕਹਿੰਦਾ ਉਹ ਕਰਨ ਨਹੀਂ ਦੇਣਾ, ਪਹਿਲੇ ਅੱਜ ਵੱਡੇ ਬੋਨਸ ਦੇ ਵਿੱਚ ਹਾਜ਼ਰੀਆਂ ਪਰ ਤੇਰੀਆਂ ਝੋਲੀਆਂ ਭਰਨੀਆਂ ਨੇ। ਹੈ ਜੀ, ਮਹਾਰਾਜ ਨੇ ਸੰਗਤ ਵਿੱਚ ਸਾਨੂੰ ਬਿਠਾਇਆ, ਤੇ ਜੇ ਮੈਂ ਸੱਚ ਕਹਿ ਦਿਆਂ, ਹਸਪਤਾਲਾਂ ਦੀਆਂ ਰਾਤਾਂ ਕੱਟ ਕੇ ਸਾਡੀ ਝੋਲੀ 'ਚ ਆਹ ਦੇਣ ਪਏ ਨੇ। ਹੈ ਜੀ, ਸ਼ੁਕਰਾਨਾ ਹੈ ਉਹਦਾ, ਇਹ ਵੱਡਾ ਬੋਨਸ ਹੈ। ਕਈ ਹਸਪਤਾਲਾਂ 'ਚ ਰੁਲਦੇ ਹੋਣਗੇ ਇਸ ਵੇਲੇ ਜੀ। ਇਹ ਤਾਂ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਹੈ, ਵੱਡਾ ਬੋਨਸ ਸੰਗਤ ਵਿੱਚ ਬਿਠਾਇਆ। ਚੌਥਾ ਵੱਡਾ ਬੋਨਸ ਪਤਾ ਕੀ, ਸੰਗਤ ਵਿੱਚ ਬੈਠੇ ਹਾਂ, ਕਿਸੇ ਆਮ ਦੁਨਿਆਵੀ ਗੁਰੂ ਦੀ ਗੋਦੀ 'ਚ ਨਹੀਂ ਬੈਠੇ, ਅਸੀਂ ਗੁਰੂਆਂ ਦੇ ਗੁਰੂ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦੀ 'ਚ ਬੈਠੇ ਹਾਂ। ਪੰਜਵਾਂ ਵੱਡਾ ਬੋਨਸ, ਨਾਮ ਜਪਣ ਵਾਲਿਆਂ ਦੀ, ਮਹਾਂਪੁਰਖਾਂ ਦੀ, ਸ਼ਹੀਦ ਸਿੰਘਾਂ ਦੀ ਸੰਗਤ ਕਰ ਰਹੇ ਆ, ਭਾਵੇਂ ਬਚਨਾਂ ਰਾਹੀਂ ਕਰ ਰਹੇ ਆ, ਸੁਣ ਕੇ ਕਰ ਰਹੇ ਆ, ਸੰਗਤ ਕਰ ਰਹੇ ਆ ਰੰਗੇ ਹੋਇਆਂ ਦੀ, ਕਿੱਡੀਆਂ ਵੱਡੀਆਂ ਅੱਜ ਬਖਸ਼ਿਸ਼ਾਂ ਦਾ ਦੇਣ ਹੈ। ਤੇ ਆਓ ਇਹ ਬਖਸ਼ਿਸ਼ਾਂ ਹੋਰ ਸਾਡੀ ਝੋਲੀ 'ਚ ਵਧਣ। ਬੜੇ ਪਿਆਰ ਦੇ ਵਿੱਚ ਭਾਈ ਗੁਰਦਾਸ ਜੀ ਦੀ ਰਸਨਾ ਤੋਂ ਨਿਕਲੇ ਹੋਏ ਪਿਆਰੇ ਮਿੱਠੜੇ ਬੋਲ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਬੜੇ ਪਿਆਰ 'ਚ ਸਾਰੀ ਸੰਗਤ ਹਾਜ਼ਰੀ ਲਾਇਓ ਜੇ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ। ਹਰਿ ਬੋਲ ਜੀ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੇ, ਰਾਮਦਾਸ
ਸਤਿਗੁਰੁ ਕਹਾਵੇ ਰਾਮਦਾਸ ਸਤਿਗੁਰੁ ਕਹਾਵੇ ਰਾਮਦਾਸ ਸਤਿਗੁਰੁ ਕਹਾਵੇ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਦਿੱਚੇ ਪੂਰਬ ਦੇਵਣਾ ਜਿਸ ਦੀ ਵਸਤ ਤਿਸੈ ਕਰ ਦਿੱਚੇ ਪੂਰਬ ਦੇਵਣਾ ਜਿਸ ਦੀ ਵਸਤ ਤਿਸੈ ਕਰ ਮੈਂ ਜਿਸ ਦੀ ਵਸਤ ਤਿਸੈ ਕਰ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਾਰੇ ਪਿਆਰ ਨਾਲ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ ਸਰ ਵਿੱਚ ਜੋਤ ਜਗਾਵੇ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੇ ਉਲਟੀ ਗੰਗ ਸਮੁੰਦਰ ਸਮਾਵੇ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਬੋਲੋ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ
ਜੀ, ਗੁਰੂ ਰਾਮਦਾਸ ਜੀ। ਦਿੱਤਾ ਲਈਏ ਆਪਣਾ ਅਣ, ਦਿੱਤਾ ਕੱਛ ਹੱਥ ਨਾ ਆਵੇ। ਲਈਏ ਆਪਣਾ ਅਣ, ਦਿੱਤਾ ਕੱਛ ਹੱਥ ਨਾ ਆਵੇ। ਫਿਰ ਆਈ ਕਰ ਅਰਜਣੇ ਪੁੱਤ ਸੰਸਾਰੀ ਗੁਰੂ ਕਾ ਖਾਵੇ, ਪੁੱਤ ਸੰਸਾਰੀ ਗੁਰੂ ਕਹਾਵੇ। ਪੜੋ ਸਰੇ ਬੈਠਾ ਸੋਡੀ ਪਾਤਸ਼ਾਹ, ਬੈਠਾ ਸੋਡੀ ਪਾਤਸ਼ਾਹ, ਸਰੇ ਬੈਠਾ ਸੋਡੀ ਪਾਤਸ਼ਾਹ, ਬੈਠਾ ਸੋਡੀ ਅਜਰ ਨਜ਼ਰਿਆ ਜਾਵੇ। ਕਰ ਹੀ ਕੀਮਤ ਕਰੇ ਰਹਾਵੇ। ਬੋਲੋ ਬੈਠਾ ਸੋਡੀ, ਬੈਠਾ ਸੋਡੀ, ਬੈਠਾ ਸੋਡੀ ਪਾਤਸ਼ਾਹ, ਬੈਠਾ ਸੋਡੀ ਪਾਤਸ਼ਾਹ, ਬੈਠਾ ਸੋਡੀ ਪਾਤਸ਼ਾਹ, ਬੈਠਾ ਸੋਡੀ ਪਾਤਸ਼ਾਹ। ਜੀ ਰਾਮਦਾਸ ਸਤਿਗੁਰੂ ਕਹਾਵੇ, ਰਾਮਦਾਸ ਸਤਿਗੁਰੂ ਕਹਾਵੇ, ਜੀ ਰਾਮਦਾਸ ਸਤਿਗੁਰੂ ਕਹਾਵੇ, ਰਾਮਦਾਸ ਸਤਿਗੁਰੂ ਕਹਾਵੇ। ਬੈਠਾ ਸੋਡੀ ਪਾਤਸ਼ਾਹ, ਬੈਠਾ ਸੋਡੀ ਪਾਤਸ਼ਾਹ, ਬੈਠਾ ਸੋਡੀ ਪਾਤਸ਼ਾਹ,
ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ, ਬਾਪੂ ਜੀ ਦਾ ਨਾਮ ਲਓ, ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ ਖੱਚ ਕੇ, ਔਰ ਇਸ ਨਾਮ 'ਚ ਤਾਕਤ ਬੜੀ ਜੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਹੀਂ, ਸਾਰਿਆਂ ਨੇ ਨਹੀਂ ਆਖਿਆ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸ ਨਾਮ 'ਚ ਤਾਕਤ ਬੜੀ, ਭੱਟ ਸਾਹਿਬਾਨ ਕਹਿੰਦੇ, ਤੇਰੀਆਂ ਅੱਖਾਂ ਦੇ ਅੱਗੋਂ, ਮਨ ਰੂਪੀ ਅੱਖਾਂ ਦੇ ਅੱਗੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਏਗਾ ਜੇ ਤੂੰ ਗੁਰੂ ਰਾਮਦਾਸ ਨੂੰ ਧੰਨ ਕਵੇਂਗਾ। ਤੇਰੇ ਅੰਦਰ ਨਾਮ ਦਾ ਵਾਸਾ ਹੋਣਾ ਸ਼ੁਰੂ ਹੋ ਜਾਏਗਾ, ਨਾਮ ਦਾ ਵਾਸਾ। ਕਈ ਕਹਿੰਦੇ ਹਨ ਸਾਡਾ ਮਨ ਨਹੀਂ ਲੱਗਦਾ ਨਾਮ ਜਪਣ 'ਚ, ਬਾਣੀ ਪੜ੍ਹਨ 'ਚ, ਕਹਿੰਦੇ ਅੰਦਰ ਵਸਣ ਲੱਗ ਪਏਗਾ ਨਾਮ ਜੇ ਤੂੰ ਗੁਰੂ ਰਾਮਦਾਸ ਨੂੰ ਧੰਨ ਕਹੇਂਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਜੀ ਨੂੰ ਜਿਹੜੀ ਤੜਪਣਾ ਲੱਗੀ ਰਹਿੰਦੀ ਨਾ ਕਈ ਵਾਰੀ, ਕਲਪਣਾ ਆਪਣੇ ਦੁੱਖਾਂ ਤੋਂ ਵੀ ਲੱਗ ਜਾਂਦੀ, ਤੇ ਮਾਫੀ ਦੇਣਾ ਕਈ ਵਾਰੀ ਦੂਜੇ ਦੇ ਸੁੱਖਾਂ ਵੱਲ ਵੇਖ ਕੇ ਵੀ ਕਲਪਣਾ ਲੱਗ ਜਾਂਦੀ ਹੈ ਜੀ। ਫਲਾਣਾ ਕਿਉਂ ਸੁਖੀ ਹੈ, ਉਹ ਅੱਗੇ ਛੋਟੇ ਘਰ 'ਚ ਸੀ ਹੁਣ ਵੱਡੇ 'ਚ ਕਿਉਂ ਚਲਿਆ ਗਿਆ, ਛੋਟੀ ਗੱਡੀ ਸੀ ਹੁਣ ਵੱਡੀ ਕਿਉਂ ਆ ਗਈ ਉਹਦੇ ਕੋਲ, ਅੱਗੇ ਕਿਰਾਏ 'ਤੇ ਸੀ ਹੁਣ ਉਹਨੇ ਆਪਣਾ ਮਕਾਨ ਕਿਵੇਂ ਲੈ ਲਿਆ, ਅੱਗੇ ਉਹਦੀ ਪੋਸਟ ਛੋਟੀ ਸੀ ਹੁਣ ਵੱਡੀ ਪੋਸਟ 'ਤੇ ਕਿਵੇਂ ਪਹੁੰਚ ਗਿਆ। ਸੁਣਿਓ, ਕਈ ਵਾਰੀ ਕਲਪਣਾ ਲੱਗ ਜਾਂਦੀ ਨਾ, ਕਹਿੰਦੇ ਹਰ ਤਰ੍ਹਾਂ ਦੀ ਤੇਰੀ ਕਲਪਣਾ ਤੜਪਣਾ ਮਿੱਟ ਜਾਏਗੀ ਜੇ ਤੂੰ ਗੁਰੂ ਰਾਮਦਾਸ ਨੂੰ ਧੰਨ ਕਵੇਂਗਾ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਤੂੰ ਕਹਿੰਦਾ ਤੇਰੀ ਗਰੀਬੀ ਨਹੀਂ ਦੂਰ ਹੁੰਦੀ, ਤੇਰੀ ਗਰੀਬੀ ਨਹੀਂ ਕੱਟੀ ਜਾਂਦੀ। ਉਹ ਕਹਿੰਦੇ ਪਿਆਰਿਆ, ਤੇਰੀ ਗਰੀਬੀ ਕੱਟਣੀ ਤੇ ਗੁਰੂ ਦੇ ਲਈ ਮਾਮੂਲੀ ਗੱਲ ਹੈ, ਮਾਮੂਲੀ ਨੋਰਮਲ ਗੱਲ। ਉਹ ਤੂੰ ਗੁਰੂ ਨੂੰ ਪਿਆਰ ਦੇ ਨਾਲ ਧੰਨ ਕਹਿਣਾ ਸ਼ੁਰੂ ਕਰ ਦੇ, ਉਹ ਨਵ ਨਿਧੀਆਂ 18 ਸਿੱਧੀਆਂ ਤੇਰੇ ਮਗਰ ਲੱਗੀਆਂ ਫਿਰਨਗੀਆਂ। ਸੋਹਾਲ ਸਤਿ ਸ੍ਰੀ ਅਕਾਲ। ਭੱਟ ਸਾਹਿਬਾਨ ਕੋਲੋਂ ਹੱਥ ਜੋੜ ਕੇ ਪੁੱਛੋ, ਭੱਟ ਸਾਹਿਬਾਨ ਜੀ ਉਹ ਕਿਹੜਾ ਸਤਿਗੁਰੂ ਏ ਜਿਹਨੂੰ ਧੰਨ ਕਹਿਣ ਦੇ ਨਾਲ ਏਡੀਆਂ ਬਖਸ਼ਿਸ਼ਾਂ ਮਿਲਦੀਆਂ। ਤੇ ਫਿਰ ਭੱਟ ਸਾਹਿਬਾਨ ਪਹਿਲੇ ਬਚਨ ਕਰਦੇ, ਜੈ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ, ਜੈ ਸਤਿਗੁਰ ਸਿਮਰੰਤ ਹਿਦੈ ਹਰ ਨਾਮ ਦੇ ਨੌ ਦਿਨ, ਜੈ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੈ ਸਤਿਗੁਰ ਸਿਮਰੰਤ ਰਿਤ ਸਿੱਧ ਨਵ ਨਿਧ ਪਾਵੇ। ਭੱਟ ਸਾਹਿਬਾਨ ਦੱਸੋ ਤੇ ਸਹੀ ਉਹ ਕਿਹੜੇ ਸਤਿਗੁਰੂ ਨੇ? ਕਹਿੰਦੇ ਸੋਈ ਰਾਮਦਾਸ ਗੁਰ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਸੋਈ ਰਾਮਦਾਸ ਗੁਰ, ਬਲ ਭਣ ਮਿਲ ਸੰਗਤ ਧੰਨ ਧੰਨ ਕਰੋ, ਜੈ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਕਹਿੰਦੇ ਤੂੰ ਸੰਗਤ ਵਿੱਚ ਬਹਿ ਕੇ ਨਾ ਗੁਰੂ ਰਾਮਦਾਸ ਨੂੰ ਧੰਨ ਕਹਿਣਾ ਸ਼ੁਰੂ ਕਰ ਦੇ। ਗਰੀਬੀ ਆ ਗਈ, ਗਰੀਬੀ ਵੱਡੀ ਕਿ ਗੁਰੂ ਰਾਮਦਾਸ ਦੀ ਬਖਸ਼ਿਸ਼ ਵੱਡੀ?
ਉਹ ਜੇ ਗਰੀਬੀ ਆ ਗਈ, ਕੋਈ ਬੰਧਨ ਆ ਗਿਆ ਨਾ, ਸੰਗਤ ਵਿੱਚ ਬਹਿ ਕੇ ਉਹ ਗੁਰੂ ਰਾਮਦਾਸ ਨੂੰ ਧੰਨ ਕਹਿਣਾ ਸ਼ੁਰੂ ਕਰ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਤੂੰ ਸੰਗਤ ਵਿੱਚ ਬਹਿ ਕੇ ਗੁਰੂ ਰਾਮਦਾਸ ਨੂੰ ਧੰਨ ਕਹਿਣਾ ਸ਼ੁਰੂ ਕਰ। ਭੱਟ ਸਾਹਿਬਾਨ ਬਚਨ ਕਰਦੇ ਕਹਿੰਦੇ ਜਿੰਨੀਆਂ ਇਹ ਦਾਤਾਂ ਨੇ ਨਾ, ਸੁੱਤੇ ਸਿੱਧੀ ਤੇਰੀ ਝੋਲੀ ਵਿੱਚ ਪੈਣ ਲੱਗ ਪੈਣਗੀਆਂ। ਬੜੇ ਪਿਆਰ ਦੇ ਵਿੱਚ ਸਾਰੀ ਸੰਗਤ ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ, ਗੱਜ ਕੇ ਕਿਰਪਾ ਕਰਿਓ, ਗੱਜ ਕੇ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ, ਤਾਂ ਤੇ ਅੰਗ ਦੇ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਣ ਕੋ, ਸੋਢੀ ਸ੍ਰਿਸ਼ਟ ਸਕਲ ਤਾਰਣ ਕੋ, ਅਬ ਗੁਰ ਰਾਮਦਾਸ ਕੋ ਮਿਲੀ ਬਡਾਈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਰੱਜ ਕੇ ਧੰਨ ਗੁਰੂ ਰਾਮਦਾਸ ਜੀ, 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 ਮੇਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧੰਨ ਗੋਬਿੰਦ ਦਿਓ, ਅੰਗਦ ਆਨੰਦ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਧਿਆਇਓ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ, ਤੈ ਹਰ ਪਰਮ ਪਦ ਪਾਇਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਰੋਗੇ ਕਿਰਪਾ ਦਾਸ ਤੋਂ ਬਾਅਦ ਵੀਰ ਤੀਜੇ ਹਿੱਸੇ ਚ ਭੈਣਾ, ਪੰਜਾਂ ਪੰਜਾਂ ਦੀ ਆਵਾਜ਼ ਆਵੇ ਇੱਕ ਇੱਕ ਚੋਂ, ਗੱਜ ਕੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਮੇਰੇ, ਧੰਨ ਗੁਰੂ ਰਾਮ, ਭੈਣਾਂ ਮੇਰੀਆਂ ਬੋਲੋ, ਧੰਨ ਗੁਰੂ
ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਬੋਲੋ ਗੁਰੂ ਵਾਹਿ 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 ਸਾਰੇ ਵਾਹਿ ਗੁਰੂ ਵਾਹਿ ਚੱਲੀਏ ਹਰਿਮੰਦਰ ਸਾਹਿਬ ਇੱਕ ਮਿੰਟ ਲਈ ਆਓ ਸੁਰਤੀ ਕਰਕੇ ਕਰੀਏ ਹਰਿਮੰਦਰ ਸਾਹਿਬ ਦੇ ਦਰਸ਼ਨ ਜਦੋਂ ਗੁਰੂ ਰਾਮਦਾਸ ਸਵੇਰੇ ਆਉਂਦੇ ਹਨ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਚੌਂਕੜਾ ਮਾਰ ਕੇ ਬਹਿਣਾ ਹੁੰਦਾ ਸਾਰੀ ਦਿਹਾੜੀ ਸੰਗਤਾਂ ਦੀਆਂ ਝੋਲੀਆਂ ਭਰਨ ਵਾਸਤੇ ਜਦੋਂ ਆਉਂਦੇ ਉਦੋਂ ਸੰਗਤ ਪਿਆਰ ਵਿੱਚ ਇਹ ਧੁਨ ਅਲਾਪਦੀ ਹੈ ਆਓ ਚੱਲੀਏ ਹਰਿਮੰਦਰ ਸਾਹਿਬ ਵੇਖੋ ਸੱਚਾਈ ਕਹਿ ਰਹੇ ਹਾਂ ਕਈ ਤੜਫਦੇ ਹੋਣਗੇ ਤੁਹਾਡੇ ਵਿੱਚੋਂ ਦਰਬਾਰ ਸਾਹਿਬ ਜਾਣ ਲਈ ਤੜਫਦੇ ਪਰ ਕਾਗਜ਼ਾਂ ਦੀ ਪ੍ਰੋਬਲਮ ਕਰਕੇ 15-15-20-20 ਸਾਲ ਜਾਣ ਨਹੀਂ ਹੋਇਆ ਖੁਦ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਤੇ ਆਓ ਸੁਰਤੀ ਦੀ ਯਾਤਰਾ ਕਰੀਏ ਸੁਰਤੀ ਦੀ ਸਾਰੇ ਸੁਰਤੀ ਲੈ ਜਾਓ ਜਿਨ੍ਹਾਂ ਦੀ ਸਿਹਤ ਰਾਜੀ ਚੌਂਕੜੇ ਮਾਰੋ ਕਮਰ ਕਰੋ ਸਿੱਧੀ ਜਿਨ੍ਹਾਂ ਦੀ ਸਿਹਤ ਵਿੱਚ ਕੋਈ ਪ੍ਰੋਬਲਮ ਹੈ ਉਹ ਅਰਦਾਸ ਕਰੋ ਦਾਤਾ ਜੀ ਚੌਂਕੜੇ ਮਾਰਨ ਜੋਗਾ ਆਪੇ ਬਣਾ ਦਿਓ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਸਾਡੇ ਸਰੀਰ ਰਾਜੀ ਤੁਸੀਂ ਆਪੇ ਕਰ ਦਿਓ ਕਿਰਪਾ ਕਰੋ ਤੁਸੀਂ ਅਰਦਾਸ ਕਰਿਓ ਤੇ ਜਿਨ੍ਹਾਂ ਦੀ ਸਿਹਤ ਰਾਜੀ ਹੈ ਚੌਂਕੜੇ ਮਾਰੋ ਧਿਆਨ ਧਰੋ ਗੁਰੂ ਰਾਮਦਾਸ ਦੇ ਚਰਨਾਂ ਦਾ ਸੁਰਤੀ ਹਰਿਮੰਦਰ ਸਾਹਿਬ ਖੜਕੇ ਤੇ ਪਿਆਰ ਵਿੱਚ ਬੋਲਿਓ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ 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 ਵਾਹਿਗੁਰੂ ਸਾਹਿਬ ਜੀ ਧੰਨ ਗੁਰੂ ਰਾਮ
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਸਤਿਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਆਓ ਕਰਿਓ ਕਿਰਪਾ ਬਿਰਤੀਆਂ ਉੱਥੇ ਹੀ, ਥੋੜ੍ਹਾ ਹੁਣ ਜ਼ੋਰ ਲਾ ਕੇ ਪਿਆਰ ਦੇ ਵਿੱਚ, ਕੋਈ ਰਸਨਾ ਮੰਜੀ ਨਾ ਰਹੇ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਸ਼ਾਹ ਬੈਠਾ ਸੋਡੀ ਪਾਤਸ਼ਾਹ ਬੋਲੋ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਸਤਿ ਸ੍ਰੀ ਅਕਾਲ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਓਰ ਨਾ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਸਮਾਂ ਸ਼ਬਦ ਪੜ੍ਹਨ ਦੇ ਵਿੱਚ ਹੀ ਲੰਘਿਆ ਸੱਚ ਕਹਿ ਰਿਹਾ ਇੱਦਾਂ ਮਹਿਸੂਸ ਹੋ ਰਿਹਾ ਸੀ ਕਿ ਤੁਸੀਂ ਅੱਜ ਇਕੱਲੇ ਕੀਰਤਨ ਨਹੀਂ ਕਰ ਰਹੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡੇ ਨਾਲ ਕੀਰਤਨ ਕਰ ਰਹੇ ਨੇ ਸ਼ੁਕਰਾਨੇ ਇੱਦਾਂ ਦਾ ਮਾਹੌਲ ਬਣਿਆ ਸੀ ਔਰ ਸਮੇਂ ਦਾ ਪਤਾ ਨਹੀਂ ਲੱਗਿਆ ਕੀਰਤਨ ਦੀ ਸਮਾਪਤੀ ਦਾ ਸਮਾਂ ਹੋ ਗਿਆ ਜਿਹੜਾ ਸ਼ੁੱਕਰਵਾਰ ਦਾ ਦੀਵਾਨ ਦਾ ਸਮਾਂ ਰਹੇਗਾ ਉਹ 4 ਵਜੇ ਤੋਂ 8 ਵਜੇ ਤੱਕ 4 ਘੰਟਿਆਂ ਦਾ ਉਦਨ ਅਸੀਂ ਕਰਨਾ ਚੁਪਹਿਰਾ ਆਖੋ ਧੰਨ ਬਾਬਾ ਦੀਪ ਸਿੰਘ ਚੁਪਹਿਰਾ ਜਿਵੇਂ ਸ਼ਹੀਦਾਂ ਸਾਹਿਬ ਹੁੰਦਾ ਹੈ ਨਾ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਮੁੱਠਾਂ ਖੋਲਦੇ ਨੇ ਸੰਗਤ ਦੀ ਝੋਲੀ ਦੇ ਵਿੱਚ ਚੁਪਹਿਰੇ ਦਾ ਕੋਈ ਵਹਿਮ ਭਰਮ ਨਾ ਕਰਿਓ ਕਈ ਹੁੰਦੇ ਜੀ ਚੁਪਹਿਰਾ ਕੀ ਹੁੰਦਾ ਮੈਂ ਸਿਰਫ ਅੱਧੇ ਮਿੰਟ ਲਈ ਇਸ਼ਾਰਾ ਦੇ ਰਿਹਾ ਚੁਪਹਿਰੇ ਦਾ ਕੋਈ ਹੋਰ ਮਤਲਬ ਨਹੀਂ ਚੁਪਹਿਰੇ ਦਾ ਮਤਲਬ ਹੁੰਦਾ ਬਾਪੂ ਜੀ ਦੀ ਗੋਦੀ ਦੇ ਵਿੱਚ ਬਹਿ ਕੇ ਪੈਰਾਂ ਦਾ ਚੌਥਾ ਹਿੱਸਾ ਬਾਪੂ ਦੇ ਲੇਖੇ ਲਾਉਣਾ ਉਹਨੂੰ ਕਹਿੰਦੇ ਨੇ ਚੁਪਹਿਰਾ ਹੋਰ ਇਹਦੇ 'ਚ ਵਹਿਮ ਭਰਮ ਕੋਈ ਨਹੀਂ ਅਸੀਂ ਤੁਹਾਨੂੰ ਕੋਈ ਹੋਰ ਗੱਲ ਨਹੀਂ ਸਿਖਾਉਣੀ ਸਾਰੀਆਂ ਸੰਗਤਾਂ ਨੇ ਬਹਿਣਾ 5 ਕਰਨੇ ਜਪਜੀ ਸਾਹਿਬ ਦੇ ਪਾਠ 2 ਚੁਪਈ ਸਾਹਿਬ ਦੇ ਫਿਰ ਸੁਖਮਨੀ ਸਾਹਿਬ ਦਾ ਪਾਠ ਅਤੇ ਅਖੀਰ 'ਤੇ ਜਿਹੜਾ ਸਮਾਂ ਬਚ ਜਾਏਗਾ 40-45 ਮਿੰਟ ਉਹ ਕੀਰਤਨ ਹੋ ਜਾਏਗਾ ਅਤੇ ਇਹ ਮੇਰੀ ਬੇਨਤੀ ਹੈ ਤੁਸੀਂ ਆਪੇ ਪੋਸਟਰ ਪਾਸਟਰ ਬਣਾ ਲਓ ਬੱਚਿਆਂ ਨੂੰ ਸਭ ਜਾਚਾਂ ਨੇ ਕਿ ਪਹਿਲੀ ਵਾਰੀ ਮੈਲਬਰਨ ਦੇ ਵਿੱਚ ਨਾਨਕ ਸਰ ਇਸ ਸਥਾਨ 'ਤੇ ਚੁਪਹਿਰਾ ਹੋਣ ਜਾ ਰਹੇ ਆ 4 ਵਜੇ ਤੋਂ 8 ਵਜੇ ਤੱਕ ਸ਼ੁੱਕਰਵਾਰ ਤਰੀਕ ਬਣ ਗਈ 20 ਤਰੀਕ ਨੂੰ ਚੁਪਹਿਰਾ ਹੋਣਾ ਅਤੇ ਜੇ ਤੁਹਾਡੇ ਉਸ ਦਿਨ ਕੰਮ ਕੁੰਮ ਨੇ ਕੋਈ ਤੇ ਜੇ ਮਿਸ ਵੀ ਮਾਰ ਲੋਗੇ ਬਾਪੂ ਬਰਕਤਾਂ ਹੀ ਪਾਏਗਾ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਜੀ ਇਵੇਂ ਅੱਗੇ ਪਿੱਛੇ ਕਰ ਲੈਣਾ ਮੈਂ ਰੋਜ਼ ਦੇ ਬਾਰੇ ਨਹੀਂ ਕਿਹਾ ਸਿਰਫ ਇੱਕ ਦਿਨ ਮੰਗ ਰਿਹਾ ਉਹ ਵੀ ਆਪਣੇ ਲਈ ਨਹੀਂ ਬਾਬਾ ਦੀਪ ਸਿੰਘ ਜੀ ਦੇ ਲਈ ਤੇ ਵੇਖਿਓ ਪ੍ਰਤੱਖ ਕਹਿ ਰਿਹਾ 4 ਵਜੇ ਦਾ ਸਮਾਂ 4:15 ਤੱਕ ਸਾਰੀਆਂ ਸੰਗਤਾਂ ਨੇ ਹਾਜ਼ਰ ਹੋ ਜਾਣਾ ਇਹ ਨਹੀਂ ਕਿ 4 ਦਾ ਟਾਈਮ ਕੋਈ 4:15 ਆਵੇ ਕੋਈ 4:30 ਆਵੇ ਨਹੀਂ 4 ਵਜੇ ਪੂਰੇ ਦਾਸ ਨੇ 5 ਪਾਠ ਜਪਜੀ ਸਾਹਿਬ ਸ਼ੁਰੂ ਕਰ ਦੇਣੇ ਨੇ 2 ਚੁਪਈ ਸਾਹਿਬ ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਹੋਏਗਾ ਫਿਰ ਕੀਰਤਨ ਹੋਏਗਾ ਪ੍ਰਸ਼ਾਦਾ ਪਾਣੀ ਥੋੜ੍ਹਾ ਚਾਹ ਪਾਣੀ ਜੋ ਛਕਣਾ ਪਹਿਲੇ ਛਕ ਲਿਓ 4 ਤੋਂ ਫਿਰ ਉਸ ਤੋਂ ਬਾਅਦ ਸਮਾਪਤੀ ਤੋਂ ਬਾਅਦ 8 ਵਜੇ ਛਕਾਂਗੇ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ ਔਰ ਗਰੰਟੀ ਦੇ ਰਹੇ ਹਾਂ ਬਾਪੂ ਜੀ ਦੀ ਮਿਹਰ ਦੇ ਨਾਲ ਇਹ ਗਰੰਟੀ ਵੀ ਕੋਈ ਆਪਣੇ ਕੋਲੋਂ ਨਹੀਂ ਮੈਨੂੰ ਆਈ ਗਰੰਟੀ ਵੀ ਮਹਾਂਪੁਰਖਾਂ ਨੇ ਸ਼ਹੀਦ ਸਿੰਘਾਂ ਨੇ ਦਿੱਤੀ ਹੈ ਆਖੋ ਧੰਨ ਬਾਬਾ ਦੀਪ ਤੁਸੀਂ ਚੁਪਹਿਰੇ ਦੇ ਵਿੱਚ ਆ ਕੇ ਹਾਜ਼ਰੀ ਭਰ ਲਓ ਜਿਹੜੀ ਜਿਹੜੀ ਵੀ ਤੁਹਾਡੇ ਮਨ ਦੀ ਭਾਵਨਾ ਜੇ ਬਾਬਾ ਦੀਪ ਸਿੰਘ ਪੂਰੀ ਨਹੀਂ ਕਰੇਗਾ ਤੇ ਮੈਨੂੰ ਜੋ ਮਰਜ਼ੀ ਕਹਿ ਦੇਣਾ ਇਹ ਮੇਰੀ ਬੇਨਤੀ 4:15 ਪਹੁੰਚ ਕੇ ਜਲ ਪਾਣੀ ਚਾਹ ਪਾਣੀ ਥੋੜਾ ਬਹੁਤਾ ਛੱਕ ਕੇ ਤੇ 4 ਤੋਂ 2-4 ਮਿੰਟ ਪਹਿਲਾਂ ਹੀ ਆਪਾਂ ਚੌਂਕੜੇ ਮਾਰ ਕੇ ਬਹਿ ਜਾਣਾ 4 ਤੋਂ 8 ਵਜੇ ਤੱਕ ਚੁਪਹਿਰੇ ਦੇ ਵਿੱਚ ਬਾਪੂ ਦੀਪ ਸਿੰਘ ਦੀਆਂ ਆਪਾਂ ਖੁਸ਼ੀਆਂ ਲੈਣੀਆਂ ਤੇ ਬਾਪੂ ਦੀਪ ਸਿੰਘ ਦੀਆਂ ਮੁੱਠਾਂ ਖਲਵਾਉਣੀਆਂ ਬਖਸ਼ਿਸ਼ਾਂ ਦੀਆਂ ਇਹ ਬੇਨਤੀ ਇਹ ਸੁਨੇਹਾ
ਘਰ ਘਰ ਦੇ ਵਿੱਚ ਕੋਈ ਦੂਜੀ ਪੋਸਟ ਆਵੇ ਨਾ ਨੈਗੇਟਿਵਿਟੀ ਵਾਲੀ, ਕਈ ਅਣਜਾਣ ਪੁਣੇ 'ਚੋਂ ਫੈਲਾਉਣ ਲੱਗ ਪੈਂਦੇ ਨੇ, ਉਹ ਨਾ ਫੈਲਾਇਆ ਕਰੋ, ਉਹ ਨਹੀਂ ਫੈਲਾਉਣੀ, ਉਹ ਵੇਖਣੀ ਵੀ ਨਹੀਂ ਜਿਹਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਦਰਦ ਦੇ ਬਾਰੇ ਕੁਝ ਬੋਲਿਆ ਹੋਵੇ, ਉਲਟਾ ਚੁਪਹਿਰਿਆਂ ਬਾਰੇ ਬੋਲਿਆ, ਉਹਨੂੰ ਵੇਖੋ ਹੀ ਨਾ। ਪਰ ਜੇ ਇਹ ਗੱਲ ਹੈ ਨਾ, ਇਹ ਗੱਲ ਨੂੰ ਘਰ ਘਰ 'ਚ ਪਹੁੰਚਾਓ ਕਿ 20 ਤਰੀਕ ਨੂੰ 4 ਤੋਂ 8 ਵਜੇ ਤੱਕ ਚੁਪਹਿਰਾ ਹੋਣਾ ਅਤੇ ਸਾਰੀਆਂ ਸੰਗਤਾਂ ਨੇ ਆ ਕੇ ਲਾਹੇ ਪ੍ਰਾਪਤ ਕਰਨੇ, ਪਰਿਵਾਰਾਂ ਸਮੇਤ ਆਓ। ਜੇ ਕੋਈ ਨੇੜੇ ਤੇੜੇ ਦੇ ਸ਼ਹਿਰਾਂ 'ਚ ਵੀ ਰਹਿੰਦਾ ਉਹਨੂੰ ਵੀ ਫੋਨ ਕਰ ਦਿਓ, ਆ ਇੱਕ ਵਾਰੀ ਚੁਪਹਿਰੇ 'ਚ ਹਾਜ਼ਰੀ ਭਰ, ਵੇਖ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈ ਕੇ, ਆਖੋ ਧੰਨ ਬਾਬਾ ਦੀਪ ਸਿੰਘ ਗੁਰੂ ਮਿਹਰ ਕਰੇ। ਇਹ ਮੈਂ ਬੇਨਤੀ ਜ਼ਰੂਰੀ ਕਰਨੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।